ਅਨਬਾਕਸਿੰਗ ਕਰੀਏ। ਅਨਬਾਕਸਿੰਗ ਕਰਨ ਲੱਗੇ ਦਿਖਾਉਂਦੇ ਆ ਹੁਣ ਤੁਹਾਨੂੰ ਫੋਨ ਕਿਹੜਾ ਲਿਆਂਦਾ ਜੀ ਡੈਡੀ ਨੂੰ। ਆ ਪੁਰਾਣਾ ਫੋਨ ਤਾਂ ਬਾਈ ਡੈਡੀ ਦਾ ਹੋ ਗਿਆ ਜਮੀ। ਆ ਦੇਖੋ ਉਹ ਕਹਿੰਦਾ ਹਫਤਾ ਰੱਖੋ ਇਹਨੂੰ ਚੌਲਾਂ 'ਚ ਇਹ ਵੀ ਚੱਲੂਗਾ ਕਹਿੰਦਾ। ਆ ਨੋਕੀਆ ਮੈਂ ਚੱਲ ਹੁਣ ਬਈ ਕੰਮ ਤਾਂ ਖੜ ਗਿਆ ਇਹਨੂੰ ਹੁਣ ਆਪਾਂ ਚੌਲਾਂ 'ਚ ਰੱਖ ਲੈਣਾ ਜੀ। ਹਾਂ ਠੀਕ ਨੀ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ। ਅਤੇ ਕੱਖ ਵੱਢਣ ਲੱਗੇ ਹੋਏ ਮੱਕੀ ਆਪਾਂ ਅਤੇ ਵੱਢ ਲਈ ਇੱਕ ਪੰਡ ਵੱਢੀ ਆ ਜੀ ਅੱਜ। ਅਤੇ ਰਾਤਾਂ ਪੈ ਰਿਹਾ ਜੀ ਮੀਂਹ ਆਪਣੇ ਰਾਤ 10 ਵਜੇ ਸ਼ੁਰੂ ਹੋ ਗਿਆ ਤਾ ਜੀ ਪੈਣਾ 2 ਘੰਟੇ 2.5 ਘੰਟੇ ਮੀਂਹ ਬਾਈ ਪੂਰਾ ਪਿਆ ਰਾਤ ਅਤੇ ਖੇਤਾਂ 'ਚ ਪਾਣੀ ਖੜਾ ਤੇ ਅਤੇ ਅੱਜ ਦੁਪਹਿਰੇ ਜੇ ਫਿਰ 1:30-2 ਵਜੇ ਫਿਰ ਬਾਰਿਸ਼ ਹੋਈ ਅੱਜ ਅੱਧਾ ਪੌਣਾ ਘੰਟਾ ਫੇਰ ਲਾ ਗਿਆ ਫਿਰ ਪੂਰਾ ਮੀਂਹ ਪੈ ਲਿਆ ਜੀ ਅਤੇ ਇਹਦੇ ਕਰਕੇ ਬਈ ਬੱਦਲ ਫੇਰ ਹੋਇਆ ਪਿੱਛੇ ਉੱਪਰ ਪੂਰਾ ਅਤੇ ਆਪਾਂ ਕੱਖ ਵੱਢਣ ਆਏ ਤੇ ਥੋੜ੍ਹੇ ਲੈ ਜਾਣੇ ਜੀ ਅੱਜ 3-4 ਕੇ ਡੰਗਰ ਆਪਣੇ ਅਤੇ ਅੱਜ ਦਾ ਸੱਜ ਜਾਣਾ ਬਾਈ ਇੱਕ ਪੰਡ ਵੱਢ ਲੈਣੀ ਬਾਈ ਆਪਾਂ ਨੇ ਅਤੇ ਸਰ ਜਾਣਾ ਬੱਦਲ ਦੇਖੋ ਜੀ ਪੂਰਾ ਹੋਇਆ ਫੇਰ ਹਵਾ ਚੱਲਦੀ ਵਿੱਚ ਰਾਤ ਹਨੇਰੀ ਬਹੁਤ ਆਈ ਬਾਈ ਅਤੇ ਬਾਕੀ ਦੱਸਿਓ ਬਾਈ ਕਿੱਥੇ ਕਿੱਥੇ ਮੀਂਹ ਪਿਆ ਤੁਹਾਡੇ ਅਤੇ ਆਹ ਵਾਹੇ ਹੋਏ ਕਰਕੇ ਨਹੀਂ ਬਾਈ ਪਾਣੀ ਖੜ੍ਹਾ ਹੀ 'ਚ ਜੇ ਵਾਹੇ ਨਹੀਂ ਤਾਂ ਹੋਏ ਖੇਤ ਉਹਨਾਂ ਪਾਣੀ ਪੂਰਾ ਖੜ੍ਹਾ ਹੈ ਇਹ ਮੜੇ ਸੁੱਕੇ ਦੇ ਨਾ ਖੇਤ ਇਹਨਾਂ 'ਚ ਤਾਂ ਨਹੀਂ ਖੜ੍ਹਿਆ ਬਾਕੀ ਪਿੰਡ ਵਾਲੇ ਉੱਧਰ ਪਾਣੀ ਖੜ੍ਹ ਗਿਆ ਖੇਤਾਂ 'ਚ ਕਈਆਂ 'ਚ ਪਾਣੀ ਮੀਂਹ ਪੂਰਾ ਪੈ ਲਿਆ ਬਾਈ ਕੱਟਮ ਐਨ ਪੂਰਾ ਅਤੇ ਬਾਕੀ ਵੱਢਣ ਆਏ ਤੇ ਪਾਉਂਦੇ ਹਾਂ ਜੀ ਹੁਣ ਆਪਾਂ ਵਿੱਚ ਪੰਡ ਦੇ ਥੋੜ੍ਹੇ ਬਹੁਤੇ ਹੋਰ ਵੱਢ ਲੈਣੇ ਇੱਕ ਪੰਡ ਬਣਾ ਲੈਣੀ ਆਪਾਂ ਨੇ ਪੂਰੀ ਅਤੇ ਲੈ ਕੇ ਚੱਲਦੇ ਘਰ ਨੂੰ ਵੀ ਅਤੇ ਦੱਸਿਓ ਬਾਈ ਤੁਹਾਡੇ ਕਿੰਨਾ ਕੁ ਮੀਂਹ ਹੂੰ ਸਾਰੇ ਦੱਸਿਓ ਕਮੈਂਟਾਂ 'ਚ ਨਾ ਜੀ ਅਤੇ ਦੱਸਿਆ ਬਾਈ ਖਾਸੇ ਦਿਨ ਦਾਦਾ ਖਾਸੇ ਦਿਨ ਹੋ ਗਏ ਫਿਰਦੇ ਨੂੰ ਰੱਬ ਨੂੰ ਉੱਧਰ ਆਧਰ ਕਹਿੰਦੇ ਰੀਆ ਜਾਣੀ ਬੱਦਲ ਆ ਜਾਂਦਾ ਤਾ ਅਤੇ ਪੂਰਾ ਮੀਂਹ ਪੈ ਰਿਹਾ ਰਾਤ ਅਤੇ ਬੂਟੇ ਬਾਟਿਆਂ ਨੂੰ ਵੀ ਵਧੀਆ ਪਾਣੀ ਲੱਗ ਗਿਆ ਜੀ ਅਤੇ ਗੰਨੇ ਗੁੰਨਿਆਂ ਨੂੰ ਵੀ ਫਸਲ ਵਾਸਤੇ ਵਧੀਆ ਜੀ ਹੁਣ ਲਓ ਜੀ ਬਾਈ ਘਰਾਂ ਆ ਗਏ ਕਾਕੰਡਾ ਆਪਾਂ ਨੇ ਕਰਤਾ ਪਾ ਤਾ ਜੀ ਡੰਗਰਾਂ ਨੂੰ ਅਤੇ ਮਿਲੋ ਜੀ ਡੈਡੀ ਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਹਾਂ ਵਧੀਆ ਮੀਂਹ ਪਾਣੀ ਮੀਂਹ ਪਾਣੀ ਅੱਜ ਵਾਲਾ ਤਾਂ ਵਧੀਆ ਰਿਹਾ ਰਾਤ ਵਾਲਾ ਮਹਿੰਗੀ ਪੈ ਗਿਆ ਅੱਛਾ ਕਿਹੜਾ ਫੋਨ ਲਿਆਂਦਾ ਡੈਡੀ ਨੇ ਮਤਲਬ ਇੱਧਰ ਕਿਆ ਕਰਨ ਲੱਗਿਆ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਕੂਲਰ ਦਾ ਡੈਡੀ ਵਾਲੇ ਕਮਰੇ ਦਾ ਕੂਲਰ ਦੀ ਫਿਟਿੰਗ ਤੇ ਹੁਣ ਤਾਂ ਹਲੇ ਲੱਗਣਾ ਸੀ 2-3 ਦਿਨ ਕੂਲਰ ਹੁਣ ਤਾਂ ਮੀਂਹ ਸੋਹਣਾ ਹੋ ਗਿਆ ਠੰਡਾ ਹੋ ਗਿਆ ਮੌਸਮ ਚੱਲ ਕਰਨਾ ਤਾਂ ਪੈਣਾ ਹੀ ਤਾਂ ਕਰਨਾ ਤਾਂ ਪੈਣਾ ਬਾਹਰ ਤੇ ਜ਼ਿਆਦਾ ਹਵਾ ਮਾਰਦਾ ਠੰਡੀ ਬਾਹਰ ਤੇ ਲਾ ਕੇ ਫਾਇਦਾ ਮੈਂ ਜੇ ਸਵੇਰੇ ਕੰਮ ਆ ਜਾ ਡੈਡੀ ਨੂੰ ਡੈਡੀ ਜੱਗੇ ਨੂੰ ਮੈਂ ਕਿਹਾ ਚੱਲ ਕੋ ਪਾਇਆ ਦੇ ਬੂਟਿਆਂ ਵਾਲਾ ਖੇਤ ਮੈਂ ਕਿਹਾ ਮੀਂਹ ਤਾਂ ਥੋੜ੍ਹਾ ਹੀ ਪਿਆ ਚੱਲ ਉੱਠਾ ਜਾ ਕੇ ਬਾਹਰ ਗਿਆ ਪਾਣੀ ਵੱਟਾਂ ਵੱਲ ਗਿਆ ਵਾ ਪਤਾ ਨਹੀਂ ਲੱਗਿਆ ਵੀ ਇੰਨਾ ਮੀਂਹ ਪਿਆ 2 ਘੰਟੇ ਪੂਰਾ ਮੀਂਹ ਪਿਆ 2 ਘੰਟੇ ਪਹਿਲਾਂ ਹਨੇਰੀ ਆਈ ਹਨੇਰੀ ਝੱਖੜ ਉਹ ਤੇ ਬਾਅਦ ਹਨੇਰੀ ਰੁਕ ਗਈ ਫਿਰ ਬਾਅਦ ਚ ਮੀਂਹ ਬਹੁਤ ਗਿਰਿਆ ਜਿਹੜਾ ਰਾਤ ਵੀ ਪਿਆ ਜਾਂ ਮੈਂ ਸਵੇਰੇ ਜਿਹੜਾ ਮੰਨ ਕੇ ਫੁੱਲ ਪਾਣੀ ਖੜਾ ਤਾਂ ਖੇਤਾਂ 'ਚ ਖੜਾ ਨਹੀਂ ਖੇਤ ਭੁੱਖੇ ਤੇ ਖਾ ਗਏ ਖਾ ਗਏ ਖੇਤ ਭੁੱਖੇ ਤੇ ਉਹਦੇ ਤਾਂ ਵੀ ਪਾਣੀ ਖੜ ਗਿਆ ਖੇਤ ਰੱਜ ਕੇ ਵੀ ਪਾਣੀ ਖੜ ਗਿਆ ਤਵੀਆਂ ਨਾਲ ਪਾਏ ਵਿੱਚ ਤਾਂ ਵੀ ਭਰੇ ਖੜੇ ਤੇ ਜੇ ਲੇਜ਼ਰ ਵਾਲਾ ਤਾਂ ਚਿਰ ਖੜਨਾ ਹੀ ਹੈ ਤੱਪੜ ਹੋ ਜਾਂਦਾ ਖੇਤ ਇਹੋ ਜਿਹਾ ਵੀ ਇੱਕ ਫਿਰ ਪੈ ਜਾਵੇ 20-25 ਦਿਨ ਤੱਕ ਜੀਰੀਆਂ ਲੱਗ ਜੂਗਾ ਲੋਡ ਸੁੱਕ ਸਾਨੂੰ ਫੇਰ ਦੱਸਿਆ ਵਾ ਕੱਲ ਨੂੰ ਤਾਂ ਦੱਸਿਆ ਪਹਿਲਾਂ ਜਦ ਤੱਕ ਦੇਖਣਾ ਨਹੀਂ ਸੁੱਕੇ ਹੋਣਾ ਠੰਡ ਹੋ ਗਈ
ਬਹੁਤ ਗਰਮੀ ਸੀ ਦੋ ਤਿੰਨ ਦਿਨ ਬਹੁਤ ਪੂਰੀ ਪਈ ਆ ਗੰਨਿਆਂ ਪਰ ਕਣਸੂਆ ਮੱਕੀਆਂ ਪਰ ਉਹ ਵੀ ਖਤਮ ਕਰ ਦੋ ਗੰਨਿਆਂ ਨੂੰ ਮੱਕੀਆਂ ਨੂੰ ਸਬਜ਼ੀ ਵੀ ਖਾ ਲਈ ਜਿਹੜੀ ਘਰਾਂ ਲਾਈ ਵੀ ਆ ਹਾਂਜੀ ਹਾਂ ਮਿੱਟੀ ਦਾ ਕੰਮ ਰੁਕ ਜਾਣਾ ਚੱਲਦਾ ਤਾਂ ਹੈ ਨੀ ਕੰਮ ਨਾਲੇ ਕਹਿੰਦੇ ਚੱਲਦਾ ਨੀ ਕੰਮ ਮੈਂ ਹਰੀਆਂ ਮਿਰਚਾਂ ਵਿਚ ਸ਼ਿਮਲਾ ਮਿਰਚ ਵੀ ਆ ਵਿਚ ਬਤਾਉ ਹੋ ਗਏ ਭਿੰਡੀ ਉਰੀ ਆ ਸ਼ਿਮਲਾ ਮਿਰਚ ਮੁੱਕਦੀ ਨੀ ਸ਼ਿਮਲਾ ਮਿਰਚ ਹਰੀ ਮਿਰਚ ਆ ਭਿੰਡੀਆਂ ਹਲੇ ਲੱਗਣ ਲੱਗ ਜਾਣੀਆਂ ਵਾ ਭਿੰਡੀਆਂ ਫੇਰ ਜਿੱਦਾਂ ਉੱਤਰ ਲੱਗ ਗਿਆ ਫੇਰ ਦੇਖੀ ਇੰਨੇ ਕੁ ਬੂਟੇ ਖੇਤ ਚ ਹਰੀ ਮਿਰਚ ਦੇ ਹਰੀ ਮਿਰਚ ਟੁੱਟਦੀ ਨਹੀਂ ਖੇਤ ਵਾਲੀ ਦੇਖ ਲੈ ਕਿੱਡੀ ਕਿੱਡੀ ਹੋਈ ਖੇਤ ਵਾਲੀ ਪੂਰੀ ਹੋਈ ਕਿੰਨੀ ਕੁ ਪਾਲੂਗੇ ਆ ਭਿੰਡੀਆਂ ਇਹ ਵੀ ਉੱਤਰੇ ਹੁੰਦੀਆਂ ਚਾਰ ਪੰਜ ਦਿਨਾਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਉੱਤਰੇ ਹੁੰਦੀਆਂ ਬਾਕੀ ਹੋ ਗਿਆ ਇਹ ਕੰਮ ਹੁਣ ਬਾਅਦ ਚ ਸੁੱਕੇ ਤੇ ਹਲੇ ਕਿਹੜੇ ਰੱਖ ਹੋਣਾ ਯਾਰ ਫੇਰ ਪਾ ਦੂੰਗੇ ਬਾਅਦ ਚ ਇੱਧਰ ਵੀ ਮਿਰਚਾਂ ਲਾਈਆਂ ਹੋਈਆਂ ਬਹੁਤ ਬੜਾ ਮੱਛਰ ਆ ਹੁਣ ਆਈ ਆ ਮੱਛਰ ਚਲ ਬਾਕੀ ਹੁਣ ਫੋਨ ਦਿਖਾਉਣੇ ਤੁਹਾਨੂੰ ਬਈ ਕਿਹੜਾ ਲਿਆਂਦਾ ਕੱਢ ਕੇ ਦਿਖਾਉਣੇ ਰਾਤ ਬਾਹਰ ਪਿਆ ਰਿਹਾ ਅੱਖ ਖੁੱਲੀ ਨੀ ਹੈਗੀ ਫੋਨ ਰੱਖਿਆ ਉਹਦਾ ਟਾਕੀ ਚ ਬਾਛੜ ਇੰਨੀ ਦੀ ਮੀਂਹ ਹੈ ਬਹੁਤ ਅਰਸ਼ਾ ਦਾ ਵਿੱਚ ਪਾਣੀ ਵੜ ਗਿਆ ਖਿਲਰ ਗਿਆ ਉਹ ਬਾਈ ਗਿਆ ਉਹ ਕਹਿੰਦਾ ਨਾ ਡਰੈਲ ਮਾਰੋ ਨਾ ਇਹਨੂੰ ਧੁੱਪ ਚ ਰੱਖੋ ਜੇ ਕਦੇ ਵੀ ਪਾਣੀ ਪੈ ਜਾਵੇ ਕੋਈ ਵੀ ਫੋਨ ਆ ਇਹਨੂੰ ਚੌਲਾਂ ਚ ਰੱਖ ਦੋ ਜਿਹੜੇ ਕੱਚੇ ਚੌਲ ਆਪਣੇ ਢੋਲੀ ਢੁੱਲੀ ਚ ਪਏ ਆ ਜਾਂ ਥੈਲੇ ਚ ਉਹਦੇ ਵਿੱਚ ਪਾ ਕੇ ਹਫ਼ਤਾ ਨਾ ਕੱਢ ਫੋਨ ਨੂੰ ਜਿਹੜਾ ਮਰਜ਼ੀ ਫੋਨ ਹੋਵੇ ਪਾਣੀ ਸੋਕ ਲੈਂਦਾ ਜਿਹੜੇ ਚੌਲ ਆ ਕਹਿੰਦਾ ਪਾਣੀ ਸੋਕ ਲੈਂਦੇ ਇਹਨੂੰ ਮਤਲਬ ਮੱਧਮ ਗਰਮੈਸ਼ ਚਾਹੀਦੀ ਆ ਜਿਹੜੀ ਆਪਾਂ ਧੁੱਪਾਂ ਰੱਖ ਦਿੰਦੇ ਉਹ ਤੇਜ਼ ਵੀ ਆ ਪੁਰਾਣਾ ਫੋਨ ਤਾਂ ਬਾਈ ਡੈਡੀ ਦਾ ਹੋ ਗਿਆ ਜਮੀ ਆ ਦੇਖੋ ਉਹ ਕਹਿੰਦਾ ਹਫ਼ਤਾ ਰੱਖ ਉਹਨੂੰ ਚੌਲਾਂ ਚ ਇਹ ਵੀ ਚੱਲੂਗਾ ਕਹਿੰਦਾ ਅਨੋਕੀਆ ਮੈਂ ਚੱਲ ਹੁਣ ਫੇਰ ਕੰਮ ਤਾਂ ਖੜ ਗਿਆ ਇਹਨੂੰ ਹੁਣ ਆਪਾਂ ਚੌਲਾਂ ਚ ਰੱਖ ਲੈਣਾ ਜੀ ਠੀਕ ਨੀ ਚੌਲਾਂ ਨੂੰ ਦੇ ਦੇਣਾ ਫਰੀ ਇਹ ਚੌਲਾਂ ਨੂੰ ਦੇਣਾ ਹਾਂ ਪੰਜਾਂ ਨੂੰ ਪੰਜਾਂ ਨੂੰ ਆਪਾਂ ਨੇ ਜੇ ਚੱਲ ਪਿਆ ਉਹਨਾਂ ਦੇ ਦੇਣਾ ਹੁਣ ਮੈਂ ਚੱਲ ਸਕਰੀਨ ਚਿੱਟੀ ਹੋਈ ਪਈ ਆ ਹਾਂ ਚੱਲ ਪੈਣਾ ਕਹਿੰਦਾ ਉਹਨਾਂ ਦੇ ਦੇਣਾ ਕਿਸੇ ਦਾ ਮੁੱਤਾ ਤੱਕ ਹੋ ਗਈ ਆਪਾਂ ਨੇ ਕਿ ਹੁਣ ਪੈਸੇ ਲੈਣੇ ਉਹਨਾਂ ਦੇ ਠੀਕ ਆ ਇਹ ਜਦ 1200 ਦਾ ਲਿਆਂਦਾ ਦਾ ਹਾਂ 1200 ਲਿਆਂਦਾ ਇਹ ਹੁਣ 1800 ਦਾ ਹੋ ਗਿਆ ਇਹ ਵੀ ਹਨਾ ਇੱਕ ਵਾਰੀ ਆਏ ਪਹਿਲਾਂ ਵੀ ਹੋ ਰਿਹਾ ਬਾਈ ਮੀਂਹ ਨਾਲ ਮੈਂ ਚਲੇ ਗਿਆ ਛਾਪਟ ਲੈਣ ਰੋਟਾਵੇਟਰ ਦੀ ਖੰਨੇ ਨੂੰ ਖੰਨੇ ਸ਼ਕਤੀਮਾਨ ਵਾਲਿਆਂ ਹਾਂ ਸ਼ਕਤੀਮਾਨ ਵਾਲੇ ਤੇ ਫੇਰ ਮੈਂ ਮੀਂਹ ਉਤਰਿਆ ਬਹੁਤ ਮੈਂ ਬੈਗ ਚ ਪਾ ਲਿਆ ਪੈਸੇ ਵੀ ਬੈਗ ਚ ਪਾ ਲਏ ਮੋਬਾਈਲ ਵੀ ਤੇ ਜੇ ਉੱਥੇ ਜਾ ਕੇ ਲੱਗੇ ਪੈਸੇ ਕੱਢਣ ਮੋਬਾਈਲ ਕੱਢਿਆ ਇਹ ਤਾਂ ਖਰਚ ਹੋਏ ਪੈਸੇ ਵੀ ਉਹ ਪਾਣੀ ਨਾਲ ਭਰ ਗਿਆ ਬੈਗ ਭਰ ਗਿਆ ਬੈਗ ਪਾਣੀ ਬਹੁਤ ਤਾਂ ਮੀਂਹ ਬਹੁਤ ਪਿਆ ਤਾਂ ਪਿੰਡ ਚ ਨੂੰ ਚਲੇ ਗਿਆ ਵਿੱਚ ਨੂੰ ਉੱਥੇ ਪਾਣੀ ਦਾ ਪਤਾ ਲੱਗਿਆ ਨੀ ਪਾਣੀ ਦੇ ਵਿੱਚ ਨੂੰ ਵੜ ਗਿਆ ਬਾਕੀ ਦਿਖਾਓ ਕੱਢ ਕੇ ਦਿਖਾਓ ਹੁਣ ਮੇਰੇ ਹੱਥ ਲਿਬੜੇ ਬਾਕਸਿੰਗ ਕਰਨ ਲੱਗੇ ਦਿਖਾਉਂਦੇ ਆ ਹੁਣ ਤੁਹਾਨੂੰ ਫੋਨ ਕਿਹੜਾ ਲਿਆਂਦਾ ਜੀ ਡੈਡੀ ਨੂੰ ਕਿੰਨੇ ਲੱਖ ਦਾ ਮਿਲਿਆ ਲੱਖਾਂ ਦਾ ਨੀ ਕੰਮ ਤਾਂ ਸਰੇ ਆ ਇਹਦੇ ਬਿਨਾਂ ਹੁਣ ਕਿਸੇ ਦਾ ਵੀ ਕੰਮ ਨੀ ਜਾਂਦਾ ਡੈਡੀ ਦਾ ਹੀ ਹਾਈ ਫੋਨ ਆ ਬੰਦ ਕਰਿਆ ਵਾ ਬੰਦ ਆ ਬੰਦ ਆ ਤਾਂ ਹੀ ਚਲਾਉਂਦਾ ਇੱਕ ਹੋਰ ਦੁਕਾਨ ਵਾਲੇ ਨੇ ਚਲਾਤਾ ਤਾਂ ਕਰੋ ਹੁਣ ਨੋਕੀਆ ਬਾਈ ਨੋਕੀਆ ਦਾ ਹੀ ਫੈਨ ਆ ਡੈਡੀ ਬਾਈ ਹਾਂ ਇਹ ਡੈਡੀ ਫੈਨ ਹੋਇਆ ਵਾ ਨੋਕੀਆ ਵਾਲਿਆਂ ਦਾ ਨੋਕੀਆ ਦਾ ਹੀ ਲੈਂਦਾ ਨੋਕੀਆ ਦਾ ਹੀ ਅਰੇ ਕਲਰ ਆ ਇਹ ਕਲਰ ਆ
ਇਹਦੇ ਬਟਨ ਵੀ ਬੜੇ ਸਕਰੀਨ ਵੀ ਬੜੀ ਹੈ ਇਹਦੀ ਬੜੀ ਇਹਦੇ ਬਾਈ ਕੈਮਰਾ ਵੀ ਹੁਣ ਡੈਡੀ ਨੇ ਵਲੌਗ ਵੀ ਬਣਾਇਆ ਕਰਨਾ ਲੱਗ ਚੈਨਲ ਬਣਾਉਣਾ ਡੈਡੀ ਹੈ ਫਲੱਸ਼ ਵੀ ਆ ਗਾਣੇ ਵੀ ਚੱਲੂਗੇ ਮੈਮਰੀ ਕਾਰਡ ਪੈ ਗਏ ਆਤਮਾ ਵੱਡੀ ਵਾਲੀ ਆ ਭਰ ਦੇਣਾ ਸਾਰੇ ਹੀ ਚ ਹਾਂ ਹੈ ਆਤਮਾ ਹੋਰ ਕਿਹੜਾ ਸੁਣਦਾ ਡੈਡੀ ਕੰਨ ਪਰ ਭਰ ਲਾ ਹੁਣ ਕੰਨ ਪਰ ਕਰੇ ਵਾਲਾ ਹਾਂ ਦੋਨਾਂ ਦੇ ਭਰ ਦੇਣੇ ਆ ਮੈਮਰੀ ਕਾਰਡ ਪਾ ਕੇ ਕਿਹੜਾ ਕਿਆ ਨਾਮ ਆ ਇਹਦਾ ਮਾਡਲ ਦਾ ਮਾਡਲ ਦਾ ਨਾਮ ਇਹ ਲਿਖਿਆ ਹੋਣਾ ਜੇ ਪਰ ਆਉਂਗਾ ਨੋਕੀਆ ਕਿਹੜਾ ਇਹ ਨੋਕੀਆ 150 अखर भी उपर जाई जाने देखते क्या लिखा हुआ देखते अमर जो दुलकी मजरी आ गया मजीत अनु चौहान ਜਿਹਦੇ ਟਰੈਕਟਰ ਦੇਖਣ ਗਏ ਦੇਖੋ ਅੱਛਾ ਅੱਛਾ ਨੰਬਰ ਕੁੱਲ ਦੁਨੀਆ ਦੇ ਰੇੜੀ ਕੋ ਕੁੱਲ ਦੇ ਆਤੇ ਇਹ ਹੋਰ ਨੁਕਸਾਨ ਥੋੜੀ ਇਹਨੂੰ ਆਇਆ ਤਾਂ ਵੀ ਨੰਬਰ ਨੋਟ ਜਵੇ ਨੰਬਰ ਨੋਟ ਜਵੇ ਉਸੇ ਸਿਮ ਜਿਹੜੀ ਸ਼ੁਰੂ ਤੋਂ ਲਈ ਹੋਈ ਆ ਉਹੀ ਸਾਰੇ ਭਰੇ ਹੋਏ ਆ ਵਿੱਚ ਸਿਮ ਬਚ ਗਈ ਇਹਨਾਂ ਹੋਰ ਸਿਮ ਵਿੱਚ ਇਹਦੇ ਨੰਬਰ ਸਾਰੇ ਫੋਨ 'ਚ ਨਹੀਂ ਤੇ ਹਨਾ ਸਿਮ 'ਚ ਭੱਜ ਗਿਆ ਤਾਂ ਮਾਹ ਸਿਮ ਵੀ ਖਰਾਬ ਹੋ ਸਕਦੀ ਨਹੀਂ ਸਿਮ ਨੂੰ ਨਹੀਂ ਹੁੰਦਾ ਉਹ ਚਿੱਪ ਨੂੰ ਨਹੀਂ ਹੁੰਦਾ ਜੇ ਉਹ ਪਾਣੀ ਡਬੋ ਦਈਏ ਫਿਰ ਹੋ ਸਕਦਾ ਕੁਝ ਇੰਨਾ ਪਾਣੀ ਨਹੀਂ ਲੱਗਦਾ ਘੰਟਾ ਖੰਡ ਫਿਰ ਹੋ ਸਕਦਾ ਨਹੀਂ ਤਾਂ ਪਹਿਲਾਂ ਉਹ ਡੁੱਬੇ ਗਿਆ ਤਾਂ ਚੱਲ ਵੀ ਜੀ ਸਿੰਬੀ ਗਿਆ ਸਿੰਬੀ ਨਿਕਲ ਜਾਂਦੀ ਆ ਹਾਂ ਉਹ ਸਿੰਮ ਫਿਰ ਨੰਬਰ ਨਹੀਂ ਹੋਣੇ ਚਾਹੀਦੇ ਯਾਨੀ ਕਿ ਨੰਬਰ ਨਹੀਂ ਚਾਹੀਦਾ ਕਿਹੜੇ ਆਹ ਨੰਬਰ ਜੇ ਉਹੀ ਸਿੰਮ ਨਵੀਂ ਕਢਵਾ ਲਵੇ ਨੰਬਰ ਹੁੰਦੇ ਨਹੀਂ ਫਿਰ ਡਿਲੀਟ ਹੋ ਜਾਂਦੇ ਆ ਅੱਛਾ ਇਹਦਾ ਫੜ ਕਰਤੇ ਜਿਹੜੀ ਮੱਛਰ ਨੇ ਬਾਕੀ ਦੇ ਦਿਓ ਜੀ ਡੈਡੀ ਨੂੰ ਬਧਾਈਆਂ ਹੁਣ ਡੈਡੀ ਖੁਸ਼ ਆ ਇਹਦਾ ਫਿਰ ਖੁਸ਼ੇ ਆ ਹਾਂ ਬਾਕੀ ਇਹਦਾ ਫਿਰ ਕਾਪੀ ਤੇ ਲਿਖਣਾ ਹੀ ਆਈ ਜਾ ਇੱਕ ਜੇ ਕਾ ਸਿੰਮ ਖਰਾਬ ਇਹਦਾ ਸਭ ਗੜਬੜ ਹੋ ਜਾਣਾ ਨੰਬਰ ਹੋਰ ਕਿਆ ਕੋਈ ਡੈਡੀ ਜੀ ਪਰ ਉਹ ਫਰੰਟ ਕੈਮਰਾ ਨਹੀਂ ਹੈ ਨਾ ਵੀਡੀਓ ਕਾਲ ਹੀ ਹੋਏਗਾ ਨਹੀਂ ਵੀ WhatsApp ਚੱਲ ਪੂ ਹੈਨਾ WhatsApp ਉਹ ਚੱਲਦੀ ਆ ਚੱਲ ਪਾਣੀ ਹਾਂ ਉਹ WhatsApp ਹੋਏਗਾ ਚਲਾ ਲੈਣੀ ਡੈਡੀ ਦੀ ਹੁਣ ਨੰਬਰ ਪਰ ਆਪਾਂ ਚੱਲ ਫੋਨ ਤਾਂ ਹੋਏ ਕਰੂੰਗੇ ਹਾਂ ਵੌਇਸ ਉਹ ਵੌਇਸ ਮੈਸੇਜ ਕਰ ਲੈ ਹਾਂ ਬੋਲ ਬੋਲ ਕੇ ਭੇਜੀ ਗਿਆ ਅਗਲੇ ਨੂੰ ਹਾਂ ਕਿੰਨੇ ਦਾ ਮਾਰਿਆ ਸੌਦਾ ਜੀ ਫਿਰ ਬਰੀਕ ਬਹੁਤ ਦਿਖਦੇ ਨਹੀਂ ਪਿੱਛੇ ਕੈਮਰਾ ਆ ਗਿਆ ਫਲੈਸ਼ ਆ ਗਈ ਦੇਖ ਲੈ ਇਹਨਾਂ ਦਾ ਵੀ ਟਾਈਮ ਹੁੰਦਾ ਤਾਂ ਪਹਿਲਾਂ ਸੱਪ ਵਾਲੀ ਗੇਮ ਹੈ ਇਹਦੇ ਪਰ ਤੇ ਟਾਈਮ ਬਹੁਤ ਹੁੰਦੇ ਤੇ ਇਹ ਚ ਖੇਡੀ ਜਾਂਦੇ ਤੇ ਪਹਿਲਾਂ 16 ਦਾ ਲੱਤਾ ਮੈਂ ਸਭ ਤੋਂ ਪਹਿਲਾਂ ਚਲ ਠੀਕ ਹੈ ਬਾਕੀ ਮੀਂਹ ਕਰਕੇ ਬਾਈ ਅੱਜ ਕੰਮ ਵੀ ਨਹੀਂ ਹੋਏ ਕੋਈ ਕੰਮ ਕਿੱਥੇ ਖੇਤਾਂ ਵਿੱਚ ਪਾਣੀ ਖੜੇ ਜਾ ਵੀ ਨਹੀਂ ਹੋਇਆ ਹਾਂ ਹਲਦੀ ਰਹਿੰਦੀ ਬਾਈ ਆਪਣੇ ਜੇ ਹਲਦੀ ਬੀਜਣੀ ਜਿਹੜੀ ਲਿਆਂਦੀ ਵੀ ਬੀਜ ਕੇਮੀਕਲ ਵਾਲਿਆਂ ਦੇ ਰੇਹ ਪਾਉਣਾ ਆਪਾਂ ਨੇ ਜਿਹਨੂੰ ਕਹਿੰਦਾ ਇੱਕ ਟਰਾਲਾ ਰੇਹਦਾ ਪਾ ਦੋ ਵੀ ਅਸੀਂ ਹਲਦੀ ਲਾਉਣੀ ਆ 1000 ਪਾ ਦੂੰਗੇ ਹੁਣ ਮੀਂਹ ਨਹੀਂ ਆਈ ਜਿੰਦਾ ਐਂ ਤਾਂ ਜੇ ਨਾ ਪਿਆ ਕੱਲ ਨੂੰ ਡੈਡੀ ਇੱਕ ਧੁੱਪ ਨਹੀਂ ਟਰਾਲਾ ਦਾ ਬੜਦਾ ਕਰ ਦੇਣਾ ਫੇਰ ਬਾਕੀ ਆਪਾਂ ਨੇ ਫੇਰ ਜਦੋਂ ਬੱਤ ਆ ਗਿਆ ਨਿਊਟਰੀ ਬਾਜਾ ਬੀਜਣਾ ਬੂਟਿਆਂ 'ਚ ਦੂਆਂ 'ਚ ਬੀਜ ਦੂੰਗੇ ਹਾਂ ਬਾਜੇ ਦਾ ਬੀਜ ਦੂੰਗੇ ਬਾਜਾ ਉਹ ਹੋ ਜਾਂਦਾ ਉਹਨੂੰ ਛੋਰੇ ਦਾ ਫਰਕ ਨਹੀਂ ਚਰੀ ਨਹੀਂ ਹੁੰਦੀ ਹੈਗੀ ਚਰੀ ਨਹੀਂ ਹੁੰਦੀ ਨਾ ਮੱਕੀ ਹੁੰਦੀ ਬੀਜ ਘੱਟ ਬੜਾ ਦੇਸੀ ਬਾਜਰਾ ਇਹ ਵੀ ਨਸਰ ਹੁੰਦਾ ਵੇ ਇੱਕ ਜਿਹੜੀ ਬੀਜ ਸਿੱਧਾ ਪਾਵੇ ਮੜਾ ਜਾਂ ਨਾ ਉਹ ਸਿੱਧਾ ਹੀ ਪੈਂਦਾ ਉਹ ਉਹ ਪੈਂਦਾ ਹੀ ਸਿੱਧਾ ਤਾਂ ਹੀ ਲਿਖਾ ਵਰਗਾ ਰਹਿ ਜਾਂਦਾ ਆਪਾਂ ਜ਼ਿਆਦਾ ਪਾਉਂਦੇ ਹੈਗਾ ਮਹਿੰਗਾ ਉਹ ਬੀਜ ਜਿਹੜਾ ਨਿਊਟਰੀ ਬਾਜਰਾ ਹੁਣ ਜਿਹੜੀ ਆਪਾਂ ਨੇ ਆ ਸੂਏ ਪਰ ਮੱਕੀ ਬੀਜੀ ਉਹ ਬੀਜ ਜ਼ਿਆਦਾ ਪਿਆ ਵਾ ਤਾਂ ਹੀ ਉਹ ਇੱਕ ਨਾ ਰਹੇਗੀ ਬਹੁਤ ਸੰਘਣਾ ਬੀਜ ਪਿਆ ਵਾ ਜਿਹੜੀ ਹੁਣ ਮਸ਼ੀਨ ਵਾਲੀ ਉਹ ਤਾਂ ਹੀ ਮਸ਼ੀਨ ਨਾਲ ਦਾ ਟਾਂਟਾ ਇੰਨਾ ਮੋਟਾ ਹੋ ਗਿਆ ਦਾ ਉਹਨੇ ਸਾਰਾ ਇੱਕ ਬਿੱਥ ਨਾਲ ਘੇਰਨਾ ਹੈ ਗਿੱਠ ਗਿੱਠ ਪਰੇ ਬੀਜ ਘਿਰਨਾ ਉਹਦਾ ਦੇਖ ਲੈ ਨਹੀਂ ਬੀਜ ਦਾ ਵੀ ਫਰਕ ਮੋਟਾ ਹੁੰਦਾ ਰਹਿੰਦਾ ਬੀਜ ਮਹਿੰਗਾ ਤਾਂ ਹੁੰਦੀ ਮਹਿੰਗਾ ਨਹੀਂ ਨਹੀਂ ਫਰਕ ਆ ਦਾਣੇ ਦੇ ਨਾਲ ਹੀ ਜੂਰੀ ਅਡਾਇਆ ਕਰ ਜਾਣਾ ਬਹੁਤ ਠੀਕ ਹੈ ਹਨਾ ਜੀ ਹਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਚਲ ਠੀਕ ਹੈ ਬਾਈ ਜੀ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ